ਕਿਸੇ ਬਾਬੇ ਕੋਲ ਜਾ ਕੇ ਪਖੰਡੀ ਸਾਧ ਕੋਲ ਜਾ ਕੇ ਉਹਨੇ ਚਾਰ ਹੰਝੂ ਕੀ ਸੱਟੇ, ਮੈਂ ਤਾਂ ਕਹੂੰਗਾ ਨਖਰੇ ਕਰਦਾ। ਅਤੇ ਅਸੀਂ ਪੰਜਾਬੀ ਲੋਕ ਇਮੋਸ਼ਨਲ ਲੋਕ ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਡੋਨੇਸ਼ਨ ਦੇ ਨਾਮ ਦੇ ਉੱਪਰ ਯੂਜ਼ ਕੀਤਾ ਗਿਆ ਮੈਂਟਲੀ, ਅਸੀਂ ਮਿੰਟੋ ਮਿੰਟ ਜੀ ਇੰਦਰਜੀਤ ਨਿੱਕੂ ਬੜਾ ਦੁਖੀ ਆ ਅਤੇ ਬੜਾ ਪਰੇਸ਼ਾਨ ਆ, ਕਰੋ ਉਹਦੀ ਸਪੋਰਟ। ਸ਼ਾਇਦ ਬੜਿਆਂ ਨੂੰ ਨਹੀਂ ਪਤਾ ਕਿ ਉਹਦੀ ਅੱਜ ਵੀ ਲੁਧਿਆਣੇ ਦੇ ਵਿੱਚ ਕਰੋੜਾਂ ਦੀ ਪ੍ਰੋਪਰਟੀ ਹੈ। ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਆਪਾਂ ਸਾਰੇ, ਜਿਸ ਟਾਈਮ 'ਤੇ ਇੰਦਰਜੀਤ ਨਿੱਕੂ ਆਪਦੇ ਇੱਕ ਸ਼ੋਅ ਦਾ 60-70 ਹਜ਼ਾਰ ਲੈਂਦਾ ਸੀ, ਆਈ ਥਿੰਕ ਉਹਨਾਂ ਦਿਨਾਂ ਦੇ ਵਿੱਚ ਕਿੱਲੇ ਦਾ ਠੇਕਾ 30-30 ਹਜ਼ਾਰ ਸੀਗਾ। ਇਹਨਾਂ ਲੋਕਾਂ ਨੇ ਆਪਣੀ ਐਸ਼ ਆਰਾਮ 'ਤੇ ਬਹੁਤ ਪੈਸਾ ਡਾਇਆ, ਪਰ ਅਸੀਂ ਇਮੋਸ਼ਨਲ ਲੋਕ ਹਾਂ, ਸਾਨੂੰ ਹਮੇਸ਼ਾ ਉਹੀ ਵਿਖਾਇਆ ਜਾਂਦਾ ਜੋ ਸਾਡੇ ਦਿਮਾਗ ਦੇ ਉੱਪਰ ਅਸਰ ਕਰਦਾ। ਅਸੀਂ ਖੁਦ ਦਿਮਾਗ ਘੱਟ ਯੂਜ਼ ਕਰਦੇ ਹਾਂ, ਅਸੀਂ ਅੱਖਾਂ ਵੱਧ ਯੂਜ਼ ਕਰਦੇ ਹਾਂ। ਹਰ ਦੂਜਾ ਚੌਥਾ ਬੰਦਾ ਇੰਸਟਾਗ੍ਰਾਮ ਦੇ ਉੱਪਰ ਆਪਦਾ ਪੇਜ ਬਣਾਈ ਬੈਠਾ, ਇਹੀ ਸੋਚ ਕੇ ਕਿ ਇੱਕ ਸੌਖਾ ਤਰੀਕਾ ਹੈ। ਮਿਹਨਤ ਕਰਨ ਦੀ ਬਜਾਏ ਨੰਗੇ ਹੋ ਜਾਓ, ਮਿਹਨਤ ਕਰਨ ਦੀ ਬਜਾਏ ਆਪਦੇ ਕਮਰੇ ਦੀਆਂ ਗੱਲਾਂ, ਆਪਦੇ ਘਰ ਦੀਆਂ ਗੱਲਾਂ ਬਾਹਰ ਲੋਕਾਂ 'ਚ ਲੈ ਕੇ ਆਓ, ਤੁਹਾਨੂੰ ਪੈਸੇ ਬਣਨਗੇ। ਬਾਕੀ ਰਹੀ ਗੱਲ ਕੁੜੀਆਂ ਦੀ, ਕੁੜੀਆਂ ਨੇ ਭੇਤ ਪਾ ਲਿਆ ਕਿ ਮੁੰਡੇ ਕੀ ਵੇਖਣਾ ਪਸੰਦ ਕਰਦੇ ਆ। ਸਿਰਫ ਹਰ ਇੱਕ ਵੀਡੀਓ 'ਚ ਟੁੱਚੂ ਜਿਹਾ ਗਾਣਾ ਹੁੰਦਾ ਅਤੇ ਕੈਮਰਾ ਸਿਰਫ ਦੋ ਚੀਜ਼ਾਂ ਦੇ ਉੱਪਰ ਫੇਸ ਕਰਦਾ, ਸਭ ਨੂੰ ਪਤਾ, ਕਿਉਂਕਿ ਕੁੜੀਆਂ ਕੋਲ ਚੀਜ਼ਾਂ ਹੀ ਸਿਰਫ ਦੋ ਹੁੰਦੀਆਂ ਵਿਖਾਉਣ ਲਈ। ਪਰ ਕਿਤੇ ਨਾ ਕਿਤੇ ਕੁੜੀਆਂ ਵੀ ਭੋਲੀਆਂ ਨੇ, ਉਹ ਇਹ ਭੁੱਲ ਗਈਆਂ ਨੇ ਕਿ ਮੁੰਡੇ ਇੱਕ ਇਹੋ ਜਿਹੀ ਚਾਦਰ ਜਮਾਤ ਹੈ ਜਿਹੜੇ ਭੈੜੀ ਤੋਂ ਭੈੜੀ ਕੁੜੀ ਨੂੰ ਕਹਿੰਦੇ ਆ ਤੇਰੇ ਵਰਗੀ ਕੋਈ ਨਹੀਂ ਹੈਗੀ। ਪਰ ਮਸਲਾ ਕਿੱਥੇ ਆ ਕਿ ਸਾਨੂੰ ਵਿਖਾਇਆ ਕੀ ਜਾਂਦਾ, ਸਾਡੇ ਦਿਮਾਗਾਂ ਦੇ ਵਿੱਚ ਬਿਠਾਇਆ ਕੀ ਗਿਆ।